ਮੈਂ ਪਤਾ ਨਹੀਂ ਕੀ ਚੱਕਰ ਮੈਂ ਵੀਡੀਓ ਮੈਂ ਬਣਾਈ ਹੀ ਨਹੀਂ ਪਤਾ ਨਹੀਂ ਅਰੇ ਆਪ ਮਾਸਟਰ ਚੈਫ ਬਣੇ ਆ ਕਾਫੀ ਬਣਾ ਕੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਕੀ ਹਾਲ ਚਾਲ ਸਾਰਿਆਂ ਦੇ ਆਸ ਕਰਦੇ ਹਾਂ ਸਾਰਿਆਂ ਦੇ ਹਾਲ ਚਾਲ ਵਧੀਆ ਹੋਣਗੇ ਅੱਜ ਇੱਕ ਨਵੇਂ ਬਲੌਗ ਦੇ ਨਾਲ ਫਿਰ ਤੁਹਾਡੇ ਸਾਹਮਣੇ ਹਾਜ਼ਰ ਹਾਂ ਅੱਜ ਆਪਾਂ ਚੱਲੇ ਹਾਂ ਨੌਰਥ ਕਰਲੀਨਾ ਨਵਾਂ ਵੀਕ ਆ ਸਟਾਰਟਿੰਗ ਦਾ ਨਵਾਂ ਵੀਕ ਸਟਾਰਟ ਕਰਨ ਲੱਗੇ ਹਾਂ ਸੋਮਵਾਰ ਦਾ ਦਿਨ ਆ ਮੌਸਮ ਵਧੀਆ ਧੁੱਪ ਖਿੜੀ ਆ ਐਨ ਪੂਰਾ ਨਜ਼ਾਰੇਦਾਰ ਮੌਸਮ 17-18 ਡਿਗਰੀ ਟੈਂਪਰੇਚਰ ਗੱਲਬਾਤ ਇੱਕ ਨੰਬਰ ਮਾਹੌਲ ਪੂਰਾ ਲਵ ਦੇ ਪੰਪ 'ਤੇ ਖੜ੍ਹ ਗਏ ਹਾਂ ਯੂ ਐੱਸ ਏ ਮੈਂ ਐਂਟਰ ਕਰ ਗਿਆ ਵੈਸੇ ਪਿੱਛੇ ਮੈਂ ਬਲੌਗ ਜਿਹਾ ਨਹੀਂ ਬਣਾਇਆ ਉੱਥੇ ਕੈਨੇਡਾ 'ਚ ਮੈਂ ਯੂ ਐੱਸ ਏ ਐਂਟਰ ਕਰਕੇ ਹੁਣ ਇੱਥੇ ਖੜ੍ਹ ਗਏ ਹਾਂ ਹੁਣ ਇੱਥੋਂ ਕੌਫੀ ਕੌਫੀ ਚੱਕਾਂਗੇ ਲਵ ਤੋਂ ਅਤੇ ਘਰੋਂ ਜਿਹੜੇ ਲੈ ਕੇ ਆਉਂਦੇ ਰੈਪ ਜੇ ਕੁਛ ਖਾ ਲਈਏ 3-4 ਘੰਟੇ ਤਾਂ ਹੋ ਗਏ ਤੁਰੋ ਤੁਰਿਆਂ ਨੂੰ ਭੁੱਖ ਵੀ ਲੱਗਿਆ ਹੁੰਦੀ ਹੈ ਛੇਤੀ ਛੇਤੀ ਚਲੋ ਹੁਣ ਕੌਫੀ ਚੱਕ ਲਿਆਈਏ ਲਓ ਜੀ ਆਪਾਂ ਇੱਥੇ ਹੁਣ ਪਹਿਲਾਂ ਕੱਪ ਕੁੱਪ ਜਿਹਾ ਧੋ ਲਈਏ ਆਪਣਾ ਇੱਥੇ ਜਿੱਥੋਂ ਆਪਾਂ ਕੌਫੀ ਭਰਨੀ ਹੁੰਦੀ ਉਹਦੇ ਨਾਲ ਹੀ ਬਣਿਆ ਹੁੰਦਾ ਤੁਸੀਂ ਕੱਪ ਕੁੱਪ ਆਪਣਾ ਧੋ ਲਓ ਜਿਹੜੀ ਲਵ ਦੇ ਉੱਤੋਂ ਹੁੰਦੀ ਹੈ ਨਾ ਰੀਫਿਲ ਇਹ ਫ੍ਰੀ ਹੁੰਦਾ ਹੁਣ ਮੇਰਾ ਇੱਕ ਬ੍ਰਦਰ ਆ ਜਿਹੜਾ ਉਹ ਲਵ ਤੋਂ ਪੰਪ ਤੇਲ ਭਰਾਉਂਦਾ ਉਹ ਫਿਰ ਬਾਰ ਕੋਡ ਜਿਹਾ ਹੁੰਦਾ ਉਹ ਆਪਾਂ ਸਕੈਨ ਕਰ ਦਈਦਾ ਆਪ ਮੈਂ ਭਰਾਉਂਦਾ ਪਾਇਲਟ ਤੋਂ ਉਹ ਭਰਾਉਂਦਾ ਇੱਥੋਂ ਫਿਰ ਇੱਦਾਂ ਚੱਲ ਜਾਂਦਾ ਕੰਮ ਲਵ ਤੋਂ ਫਿਰ ਆਪਾਂ ਨੂੰ ਕੌਫੀ ਫ੍ਰੀ ਮਿਲ ਜਾਂਦੀ ਆ ਰੀਫਿਲ ਕਰੀਏ ਜੇ ਦੋਨਾਂ ਦਾ ਸੜ ਜਾਂਦਾ ਉਹ ਫਿਰ ਪਾਇਲਟ ਦਾ ਕਈ ਵਾਰ ਉਹ ਪਾਇਲਟ 'ਤੇ ਖੜ੍ਹ ਜਾਂਦਾ ਜਿਵੇਂ ਸ਼ਾਵਰ ਸ਼ੁਵਰ ਉਹ ਪਾਇਲਟ ਤੋਂ ਕਰਵਾ ਲੈਂਦਾ ਆਪਾਂ ਜਿਵੇਂ ਖੜ੍ਹ ਜਾਂਦੇ ਇੱਥੇ ਲਵ 'ਤੇ ਫਿਰ ਲਵ 'ਤੇ ਕਈ ਵਾਰ ਆਪਣਾ ਕੰਮ ਚੱਲ ਜਾਂਦਾ ਕੌਫੀ ਕੂਫੀ ਚੱਕ ਲਈਦੀ ਹੈ ਜਾਂ ਸ਼ਾਵਰ ਵੀ ਯੂਜ਼ ਕਰ ਲਈਦੇ ਆ ਰਲ ਮਿਲ ਕੇ ਕੰਮ ਚੱਲਦਾ ਕੌਫੀ ਭਰੀ ਆ ਹੁਣ ਇੱਥੋਂ ਆਪਾਂ ਭਰਾ ਲੈਣੀ ਆ ਕੌਫੀ ਪੰਪਕਿਨ ਸਪਾਈਸ ਕਲੋਜ਼ਡ ਆਹ ਭਰਾਉਣਾ ਇਹ 'ਚ ਪਾਵਾਂਗੇ ਹੁਣ ਆਪਾਂ ਦੁੱਧ ਇੱਧਰਲੇ ਪਾਸੇ ਆ ਫ੍ਰੈਂਚ ਵਨੀਲਾ ਫ੍ਰੈਂਚ ਵਨੀਲਾ ਪਾ ਕੇ ਹੁਣ ਆਪਾਂ ਇੱਥੇ ਲਿਆ ਕੇ ਚੀਨੀ ਪਾਵਾਂਗੇ ਇਹ 'ਚ ਚੀਨੀ ਚੀਨੀ ਪਾ ਕੇ ਵੈਸੇ ਤਾਂ ਆਹ ਵੀ ਦੁੱਧ ਪਿਆ ਇੱਥੇ ਵਾਧੂ ਇਹ ਵੀ ਆਪਾਂ ਯੂਜ਼ ਕਰ ਸਕਦੇ ਹਾਂ ਆਹ ਜੇ ਤੁਸੀਂ ਪਾਉਣਾ ਇਹਦੇ ਵਿੱਚ ਟੇਸਟ ਵਾਸਤੇ ਸਿਰਪ ਜਿਹਾ ਹੁੰਦਾ ਇਹ ਪਾ ਲੈਂਦੇ ਹਾਂ ਚੱਲ ਆਪਾਂ ਵੀ ਕੈਰਮਲ ਪਾਉਂਦੇ ਹਾਂ ਕੈਰਮਲ ਲੈ ਕੈਰਮਲ ਤਾਂ ਇਹ 'ਚ ਹੈ ਹੀ ਨਹੀਂ ਆਹ ਪਾ ਕਿਹੜਾ ਵਾ ਵਨੀਲਾ ਪਾ ਲੈਂਦੇ ਹਾਂ ਚੱਲ ਵਨੀਲਾ ਪਾ ਲਿਆ ਅਬ ਇਸਕੋ ਹਮ ਅੱਛੀ ਤਰ੍ਹਾਂ ਸੇ ਘੋਲੇਂਗੇ ਔਰ ਅਬ ਜੇ ਪੀਨੇ ਕੇ ਲੀਏ ਤਿਆਰ ਆਪਕੀ ਕੌਫੀ ਅਸੀਂ ਆਪ ਮਾਸਟਰ ਸ਼ੈਫ ਬਣੇ ਹੈ ਕੌਫੀ ਬਣਾ ਕੇ ਲਓ ਜੀ ਆਪਣੀ ਕੌਫੀ ਤਿਆਰ ਚਲੀਏ ਕੌਫੀ ਆਪਾਂ ਚੱਕ ਲਿਆਂਦੀ ਆ ਅਤੇ ਹੁਣ ਆਪਾਂ ਰੈਪ ਕਰ ਲਈਏ ਗਰਮ ਰੈਪ ਕਰ ਲਈਏ ਅਤੇ ਰੈਪ ਗਾਈਏ ਮੁੜ ਕੇ ਰੈਪ ਕਰ ਲਈਏ ਗਰਮ ਓਏ ਹੋਏ ਕਿਉਂ ਤੂੰ ਬਾਹਰ ਨੂੰ ਆਈ ਜਾਂਦਾ ਰੋਟੀ ਨਾਲੋਂ ਰੈਪ ਵਗੈਰਾ ਜੇ ਵਧੀਆ ਰਹਿੰਦੇ ਆ ਯਾਰ ਉਹਨਾਂ ਖਾ ਲੈਂਦਾ ਵਧੀਆ ਗਰਮ ਕਰਕੇ ਇਹਨਾਂ ਨੂੰ ਰੋਟੀ ਤਾਂ ਸੁੱਕ ਜਾਂਦੀ ਆ ਲਓ ਵੀ ਇਹਨੂੰ ਕਰ ਲੈਂਦੇ ਹਾਂ ਗਰਮ ਅਤੇ ਜਾਤੀਆਂ ਹੀ ਗਰਮ ਹੁੰਦਾ ਆਪਾਂ ਗੱਲਬਾਤ ਮਾਰ ਲਈਏ ਕਹਿੰਦੇ ਨਾ ਕਿਤੋਂ ਇੱਕ ਮਾੜੀ ਜਿਹੀ ਗੱਲ ਵੀ ਕਈ ਵਾਰ ਇਹ ਬੰਦੇ ਦੇ ਦਿਮਾਗ ਦੇ ਉੱਤੇ ਕਈ ਵਾਰ ਨਾ ਆਪਾਂ ਗੱਲਾਂ ਬਹੁਤ ਸੁਣਦੇ ਹਾਂ ਕਈ ਵਾਰ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਕੁਛ ਸੇਧ ਦੇ ਜਾਂਦੀ ਹੈ ਕਿਸੇ ਚੀਜ਼ ਦੇ ਵਿੱਚ ਇੱਦਾਂ ਹੀ ਮੈਂ ਰੇਡੀਓ ਸੁਣ ਰਿਹਾ ਸੀਗਾ ਅਤੇ ਉੱਥੇ ਆਹ ਗੱਲਾਂ ਚੱਲ ਰਹੀਆਂ ਸੀ ਪੋਜ਼ਿਟਿਵਿਟੀ ਦੀਆਂ ਨੈਗੇਟਿਵਿਟੀ ਦੀਆਂ ਅਤੇ
एक कॉलर दा फोन आया भी जे वह कहते भी जे तू अपनी जिंदगी चो कढ़ना चाहना कुछ तो की कढ़ सकदा। वह कहता मैं नैगेटिविटी कढ़ना चाहना भी अपनी जिंदगी चो, पॉजिटिव रहना चाहना ऑल द टाइम। मैनू वधिया लगी गल, मैं जे वह कर सकता मैं अपने उत्ते क्यों ना इंप्लीमेंट करके देखा, क्योंकि थॉट प्रोसैस आ भी बंदा कई बार नैगेटिव सोचता ही सोचता यार, सोच बंदे दे दिमाग च ची बहुत चीज़ा चल दियाँ, लोड नहीं मिलिया है की हो जूगा, मेरी फाइल नहीं लगी, मैं इधर नहीं गया, बंदे दे दिमाग च ऑटोमैटिकली वो चीज़ा चल दियाँ ने, पर एट द एंड उहदा कोई सल्यूशन तो है नहीं, बस सोच ही जाना बंदा, तो सोच के बंदा आप नूं अपने आप नूं बीमारियां लाउंदा। तो मैं कहा क्यों ना आपां भी पॉजिटिव रह के देखिए, कोशिश कर रहे हैं, देखते हैं किन्ना कि सफल होंने, पर अपने वाले पूरी ट्राई है भी पॉजिटिव रहा जाए। हुण चलो वो गुरबाणी च भी लिखिया, सोचे सोच ना होवे जे सोचे लिखवार, जे आपां सोच के जे कुछ हुंदा हुंदा तां फिर तां गल्लां ही कहदियां सी, बथेरा कुछ सोचदा भी मैं अंडानी अंबानी बन जा, पर नहीं सोच के कुछ नहीं बनता। ओहो इन्नियां गल्लां मैं सियाणप वालियां इन्नियां गल्लां करन लग गया, होर ना कितें मैनूं कोई आ के कहे जी आ कृपा नहीं आ रही, कृपा कितें अड़ी हुई है, मैं भी उहनूं सल्यूशन इहो जिहा दूंगा। फिर समोसा खाने हो, हाँ जी कि चटनी के नाल, लाल ना 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 लाल चटनी नाल नहीं, ग्रीन चटनी के नाल समोसा खाना आपां, फिर उत्थों कृपा स्टार्ट होनी है, उत्थी कृपा तो रुकी हुई है। चलो हासियां खेडिया, हुण ट्राई कर रहे हैं भी पॉजिटिव तरीके दे नाल हरेक चीज़ नूं लिया जाए। इन्हें भी घुग्गी मार, इन्हें भी बैल मारती, कहिंदा तेरा भाई समान गर्म हो गया, चक ला इहनूं। चलो अपना गर्म हो गया, हुण जांदे जांदे खा लैंदे हां इहनूं। आप वीडियो बहुत शॉर्ट हो जाए ना, मैं डिलीवरी की कोई वीडियो बनाई ना, पिकअप की डिलीवरी बनाए, पिकअप की डिलीवरी की पिकअप की वीडियो बनाई कोई, बस पता नहीं की चक्कर, मैं वीडियो मैं बनाई ही नहीं पता नहीं। चलो एनीवे वीडियो चलो शॉर्ट हो जानी है। रात आप पिकअप करके खड़ गए थे पंप से, उदू बाद जो सवेरे नहा धो के तुरे उतो पंप तो हूँ बस ऑन द वे है कैनेडा वालों, तो 10 मील दूर रहा। वीडियो बनानी कोई औखी नहीं, वीडियो बंदा बना लैंदा, पर जो टाइटल रखना होंदा ना भी बस भी वो बंदा एडिट भी कर लैंदा, पर टाइटल रखना बहुत मुश्किल हो। कई बार मैं सोचता हूं भी छड्ड परे मना कहू एवं अपना चलाई चल चुप करके ट्रक की फायदा इन चीज़ों से, पर चलो फिर भी मैं क्या चल बना दी दी है। पर जो टाइटल रखना होंदा ना कुछ, हूँ कई बंदे तो चलो थोड़ा पता ही है कुछ भी रख दो टाइटल, सनसनी खेज भी ही व्यू बधाने ली, पर अपना तो वो काम है नहीं, जिन्ने व्यू आते ठीक है, अपना कड़ा कोई ये नाम ना खटना, सिर्फ एक ही होंगे भी चल जिन्होंने ट्रक ब्लॉग देखने का शौक हों। मैनू भी सगा मैं आस्ट्रेलिया से मैनू बहुत हों कैनेडा अमेरिका के जोड़ा रूट आ ट्रक देखने का बहुत शौक, ये हों शौक ये थोड़ा भी मैनू बहुत शौक से, चाहे बंदा बाहर बैठा चाहे कितने इंडिया बैठा, जिन्होंने शौक आ शौक आ।
ਮੈਂ ਵੀ ਬਲੌਗ ਦੇਖੀ ਜਾਂਦਾ ਹੁੰਦਾ ਸੀਗਾ ਟਰੱਕਾਂ ਵਾਲਿਆਂ ਦੇ, ਤਾਂ ਉੱਥੇ ਹੀ ਮੈਨੂੰ ਸਮਾਗ ਮਿਲਿਆ ਸੀ ਪੇਂਡੂ ਬਾਈ ਕੈਨੇਡੀਅਨ ਵਾਲਾ, ਅਤੇ ਉਹਦਾ ਮੇਰੇ ਤੋਂ ਬਹੁਤ ਛੋਟਾ ਪਰ ਨੌਲੇਜ 'ਚ ਮੇਰੇ ਤੋਂ ਬਹੁਤ ਵੱਡਾ, ਉਹ ਤੋਂ ਬਹੁਤ ਕੁਛ ਸਿੱਖਦਾ ਮੈਂ। ਕਹਿੰਦੇ ਜਿੱਥੇ ਬੰਦੇ ਦੀ ਉਮਰ ਨਹੀਂ ਦੇਖਣੀ ਚਾਹੀਦੀ, ਜਿੱਥੋਂ ਨੌਲੇਜ ਮਿਲੇ ਬੰਦੇ ਨੂੰ ਲੈ ਲੈਣੀ ਚਾਹੀਦੀ ਆ। ਸੋ ਉਹ ਤੋਂ ਬਹੁਤ ਕੁਛ ਸਿੱਖਦਾ, ਉਹਦੇ ਬਲੌਗ ਦੇਖਦਾ ਹੁੰਦਾ ਸੀ ਮੈਂ ਜਦੋਂ ਆਸਟ੍ਰੇਲੀਆ ਸੀਗਾ। ਇਹੀ ਆ ਵੀ ਸ਼ੌਂਕ ਆ, ਸ਼ੌਂਕ ਦਾ ਕੋਈ ਉਹ ਤਾਂ ਹੈ ਨਹੀਂ ਵੀ ਹਾਂ ਹੁਣ ਮੈਂ ਵੀ ਬਾਹਰ ਆਇਆ ਮੈਂ ਬਲੌਗ ਨਹੀਂ ਦੇਖਣਾ, ਨਹੀਂ ਮੈਂ ਆਪਣੇ ਆਪ ਨੂੰ ਵੱਡਾ ਸਮਝਦਾ ਨਾ। ਠੀਕ ਆ, ਤਾਂ ਹੀ ਆਪਾਂ ਬਲੌਗ ਬਣਾ ਦਈਦੇ ਵੀ ਚੱਲ ਜਿਹਨੇ ਦੇਖਣਾ ਦੇਖ ਲੂਗਾ, ਨਹੀਂ ਦੇਖਣਾ ਆਪਾਂ ਉਹ ਸੰਸਨੀ ਖੇਜਿਆ ਤਾਂ ਰੱਖਦੇ ਨੇ ਵੀ ਅੱਜ ਮੇਰੇ ਨਾਲ ਹੋਇਆ ਇੱਦਾਂ ਵੀ, ਤਾਂ ਕਰਕੇ ਵਿਊ ਉਧੜ ਕਲਿੱਕ ਹੋਵੇ। ਬਸ ਉਹ ਟਾਈਟਲ ਰੱਖਣ ਦੇ ਬਹੁਤ, ਹੁਣ ਮੈਂ ਸਿੰਪਲ ਜਿਹੀ ਰੱਖਿਆ ਕਰਨਾ ਵੀ ਟ੍ਰਿਪ ਤੂੰ ਇੱਥੇ ਟ੍ਰਿਪ ਇੱਥੇ, ਜਿਹਨੇ ਦੇਖਣਾ ਉਹ ਦੇਖ ਲਿਆ ਕਰੋ, ਨਹੀਂ ਦੇਖਣਾ ਉਹ ਨਾ ਦੇਖੇ ਭਾਈ। ਚਲੋ ਹੁਣ ਇੱਥੇ ਖੜ੍ਹੇ ਹਾਂ, ਬਾਥਰੂਮ ਵਗੈਰਾ ਜਾ ਆਈਏ, ਨਾਲੇ ਮੈਨੀਫੈਸਟ ਭਰ ਲਈਏ। ਮੈਨੀਫੈਸਟ ਆਪਾਂ ਬਾਰਡਰ ਕ੍ਰੋਸ ਕਰਨਾ ਹੁੰਦਾ ਜ਼ਰੂਰੀ ਹੁੰਦਾ, ਆਪਾਂ ਨਾਇਗਰਾ ਵਾਲਾ ਬਾਰਡਰ ਕ੍ਰੋਸ ਕਰਨਾ। ਆਹ ਦਿਨਾਂ 'ਚ ਮੈਂ ਇੱਕ ਚੀਜ਼ ਦੇਖੀ ਕੈਨੇਡਾ ਅਮੈਰੀਕਾ ਦੇ, ਯਾਰ ਦਰਖਤ ਇੰਨੇ ਸੋਹਣੇ ਰੰਗ, ਤੁਹਾਨੂੰ ਦਿਖਾਉਣਾ ਉਹ ਮੇਰੇ ਸਾਹਮਣੇ ਆ, ਤੁਹਾਨੂੰ ਦਿਖਾਉਣਾ ਦਰਖਤ। ਆਹ ਦੇਖੋ ਦਰਖਤਾਂ ਦੇ ਰੰਗ ਕਿੰਨੇ ਸੋਹਣੇ ਆ, ਬਹੁਤ ਸੋਹਣੇ ਲੱਗਦੇ ਆ ਦਰਖਤਾਂ ਆਹ ਦੇ ਆਹ ਮੌਸਮ ਦੇ ਵਿੱਚ। ਆਹ ਦੇ ਪੱਤਝੜਾ ਚੱਲਦੀ ਆ ਹੁਣ ਕਿਉਂਕਿ ਠੰਡ ਸ਼ੁਰੂ ਹੋ ਗਈ ਆ ਆਲਮੋਸਟ, ਅਤੇ ਦਰਖਤ ਇਹ ਸਾਰੇ ਝੜ ਝੁੜ ਜਾਣੇ ਆ ਹੁਣ ਪੱਤੇ ਇਹਨਾਂ ਦੇ, ਬਹੁਤ ਸੋਹਣੇ ਕਲਰ ਨੇ। ਇੱਥੇ ਆ ਪਾਰਕਿੰਗ, ਔਨ ਰੂਟ ਹੀ ਆ ਇਹ ਪਾਰਕਿੰਗ 90 'ਤੇ ਨਾ, ਨਾਇਗਰਾ ਫੋਲ ਤੋਂ ਨੂੰ ਜਦੋਂ ਆਪਾਂ ਜਾਂਦੇ ਹਾਂ। ਤੁਹਾਨੂੰ ਰਾਹ 'ਚ ਮੈਂ ਜਿਹੜਾ ਬਫਲੋ ਸ਼ਹਿਰ ਆ ਨਾਇਗਰਾ ਦੇ ਨਾਲ ਉਹ ਵੀ ਦਿਖਾਊਂਗਾ। ਤੋ ਇੱਥੇ ਖੜ੍ਹੇ, ਇੱਥੇ ਹੁਣ ਬਾਥਰੂਮ ਵਗੈਰਾ ਜਾ ਕੇ ਮੈਨੀਫੈਸਟ ਭਰੀਏ। ਇਹ ਬ੍ਰਿਜ ਆ ਦੋਨਾਂ ਪਾਸੇ ਇਹਦੇ ਰੈਸਟ ਏਰੀਆ ਨੂੰ ਕਨੈਕਟ ਕਰਦਾ, ਇੱਥੇ ਮੈਕਡੋਨਲ ਵਗੈਰਾ ਰੈਸਟ ਹੈਗਾ ਰੈਸਟ ਏਰੀਆ ਦੇ ਵਿੱਚ। ਦਰਖਤਾਂ ਦੇ ਰੰਗ ਦੇਖੋ ਤੁਸੀਂ ਕਿੰਨੇ ਸੋਹਣੇ ਆ। ਇੱਧਰ ਵੀ ਔਰ ਰੈਸਟ ਏਰੀਆ ਇੱਕ ਇੱਧਰ ਆ, ਅਤੇ ਇੱਕ ਉਹ ਲੈਫਟ ਸਾਈਡ 'ਤੇ ਉੱਧਰੋਂ ਆਉਂਦੇ ਹੋਏ ਵੀ ਆ, ਅਤੇ ਇੱਧਰੋਂ ਜਾਂਦੇ ਹੋਏ ਵੀ, ਬ੍ਰਿਜ ਦੋਨਾਂ ਨੂੰ ਕਨੈਕਟ ਕਰਦਾ। ਚਲੋ ਚੱਲਦੇ ਹਾਂ ਅੱਗੇ। ਮੈਨੀਫੈਸਟ ਭਰਨ ਲੱਗੇ ਹਾਂ ਆਪਾਂ ਹੁਣ, ਜਿਵੇਂ ਆਹ ਹੈਗਾ ਇੱਦਾਂ ਦਾ ਮੈਨੀਫੈਸਟ ਹੁੰਦਾ, ਇਹ 'ਤੇ ਡਰਾਈਵਰ ਨੇਮ, ਜੇ ਤੁਹਾਡੇ ਨਾਲ ਕੋਈ ਹੋਰ ਕੋ ਡਰਾਈਵਰ ਆ ਉਹਦਾ ਨਾਮ, ਅਤੇ ਟਰੱਕ ਦਾ ਨੰਬਰ, ਟਰੱਕ ਦੀ ਪਲੇਟ ਨੰਬਰ, ਟਰੱਕ ਯੂਨਿਟ ਨੰਬਰ ਵੀ ਜਿਵੇਂ ਕੰਪਨੀਆਂ ਲਿਖ ਦਿੰਦੀਆਂ ਨੇ, ਜਿਵੇਂ ਮੇਰੇ ਵਾਲੇ ਦਾ ਨੰਬਰ ਆ 212, ਅਤੇ ਜਿਹੜੀ ਪਲੇਟ ਨੰਬਰ ਹੁੰਦੀ ਆ ਉਹ ਡਿਫਰੈਂਟ ਹੁੰਦੀ ਆ, ਪਰ ਯੂਨਿਟ ਨੰਬਰ ਵੱਖਰਾ ਹੁੰਦਾ। ਜਿਵੇਂ ਉੱਦਾਂ ਹੀ ਟ੍ਰੇਲਰ ਦਾ ਨੰਬਰ, ਯੂਨਿਟ ਨੰਬਰ ਅਤੇ ਟ੍ਰੇਲਰ ਦੀ ਲਾਇਸੈਂਸ ਪਲੇਟ, ਇਹ ਦੋਨੇ ਇਹ ਵੱਖਰੀਆਂ ਵੱਖਰੀਆਂ ਜਿਵੇਂ ਹੁੰਦੀਆਂ ਨੇ। ਪੋਰਟ ਆਫ ਐਂਟਰੀ ਵੀ ਜਿਹੜੀ ਆਪਾਂ ਐਂਟਰੀ ਕਰਨੀ ਆ, ਜਿਹੜੇ ਵੀ ਬਾਰਡਰ ਤੋਂ, ਉਹ ਬਾਰਡਰ ਦਾ ਨਾਂ ਲਿਖਣਾ ਹੁੰਦਾ, ਸੀਲ ਨੰਬਰ ਹੁੰਦੇ ਉਹਦਾ। ਇੱਥੇ ਐਂਟਰੀ ਨੰਬਰ ਹੁੰਦਾ ਵਾ ਵੀ ਆਹ ਜਿਹੜਾ ਇਹ ਬਾਰਡਰ ਐਂਟਰੀ ਨੰਬਰ ਜਿਹੜਾ ਹੁੰਦਾ, ਇਹ ਬਾਰਡਰ ਕਲੀਅਰੈਂਸ ਨੰਬਰ ਹੁੰਦਾ। ਜਦੋਂ ਇਹ ਹੁੰਦਾ ਆਪਣੇ ਕੋਲ, ਇਹਦਾ ਮਤਲਬ ਵੀ ਬਾਰਡਰ ਕਲੀਅਰ ਆ ਆਪਣਾ। ਸੋ ਇਹ ACI ਆ, ਈ ਮੈਨੀਫੈਸਟ ਫੋਰ ਕੈਨੇਡਾ, ਜਦੋਂ ਆਪਾਂ ਕੈਨੇਡਾ ਵੱਲ ਨੂੰ ਜਾਣਾ। ਜਦੋਂ ਆਪਾਂ ਅਮੈਰੀਕਾ 'ਚ ਨੂੰ ਜਾਣਾ ਉਦੋਂ ਹੁੰਦਾ ACE, ਇਸ ਮੈਨੀਫੈਸਟ, ਉਹ ਡਿਫਰੈਂਟ ਹੁੰਦਾ ਵਾ, ਹੁੰਦਾ ਇੱਦਾਂ ਦਾ ਹੀ ਆ ਪਰ ਉਹ ਥੋੜ੍ਹਾ ਜਿਹਾ ਡਿਫਰੈਂਟ ਹੁੰਦਾ। ਬਸ ਉਹਦੇ 'ਤੇ ਇਹ ACI ਆ, ਉਹ ACE ਹੁੰਦਾ, ਅਤੇ ਬਸ ਇਹ ਆਪਾਂ ਭਰਨਾ ਹੁੰਦਾ। ਇਹ ਆਪਾਂ ਨੂੰ ਜਦੋਂ ਬਾਰਡਰ ਕਲੀਅਰੈਂਸ ਹੋ ਕੇ ਆਪਾਂ ਨੂੰ ਈਮੇਲ ਆਉਂਦੀ ਆ ਕੰਪਨੀ ਵੱਲੋਂ ਵੀ ਤੁਹਾਡਾ ਬਾਰਡਰ ਕਲੀਅਰੈਂਸ, ਤੁਹਾਡਾ ਬਾਰਡਰ ਕਲੀਅਰ ਹੋ ਗਿਆ, ਉਹ ਆਪਾਂ ਪ੍ਰਿੰਟ ਆਊਟ ਵੀ ਕੱਢ ਸਕਦੇ ਹਾਂ ਜਾਂ ਆਪਾਂ ਇੱਦਾਂ ਹੱਥ ਨਾਲ ਲਿਖ ਵੀ ਸਕਦੇ ਹਾਂ। ਹੁਣ ਕਈ ਟਰੱਕ ਵੀਰ ਟਰੱਕ ਡਰਾਈਵਰ ਵੀਰ ਜਿਹੜੇ ਆ ਉਹ ਰੱਖਦੇ ਆ, ਪ੍ਰਿੰਟਰ ਵੀ ਰੱਖ ਲ ਪ੍ਰਿੰਟਰ ਹੁੰਦਾ ਵਾ ਟਰੱਕ 'ਚ, ਉਹ ਪ੍ਰਿੰਟ ਕੱਢ ਲੈਂਦੇ ਆ। ਹੁਣ ਆਪਣਾ ਕੀ ਕਹਿੰਦੇ ਹੁੰਦੇ ਨੇ, ਮੇਰੇ ਕੋਲ ਪੇਪਰ ਹੈਗਾ, ਮੈਂ ਆਪਣਾ ਹੱਥ ਨਾਲ ਲਿਖ ਲੈਂਦਾ। ਜਦੋਂ ਆਪਾਂ ਇੱਧਰ ਨੂੰ ਆਈਦਾ ਅਮੈਰੀਕਾ ਨੂੰ, ਉਦੋਂ ਆਪਾਂ ਘਰੇ ਹੋਈਦਾ ਵਾ, ਘਰੋਂ ਫਿਰ ਆਪਾਂ ਪ੍ਰਿੰਟ ਆਊਟ ਕੱਢ ਲਈਦਾ ਵਾ। ਸੋ ਇੱਦਾਂ ਚੱਲਦਾ ਵਾ। ਹੁਣ ਮੈਂ ਇਹਨੂੰ ਭਰਨ ਲੱਗਿਆ ਵਾਂ, ਕਿਉਂਕਿ 10 ਕੁ ਮੀਲਾਂ ਦੂਰ ਹੀ ਆ ਆਪਾਂ ਬਾਰਡਰ ਤੋਂ, ਅਤੇ ਭਰ ਕੇ ਨਾਇਗਰਾ ਵੱਲ ਨੂੰ ਚੱਲਦੇ ਹਾਂ। ਨਾਲੇ ਤੁਹਾਨੂੰ ਦਿਖਾਉਂਦਾ ਨਾਇਗਰਾ ਦਾ ਜਿਹੜਾ ਸ਼ਹਿਰ, ਨਾਇਗਰਾ
ਦੇ ਨਾਲ ਜਿਹੜਾ ਸ਼ਹਿਰ ਪੈਂਦਾ ਬਫਲੋ, ਉਹ ਦਿਖਾਉਣਾ ਤੁਹਾਨੂੰ ਬਾਹਰੋਂ। ਚੱਲਦੇ ਹਾਂ ਉੱਧਰ ਨੂੰ, ਹੁਣ ਭਰ ਲਈਏ ਮੈਨੀਫੈਸਟ। ਆਹ ਬਫਲੋ ਸ਼ਹਿਰ ਆ, ਇਹ ਜਿਹੜੀ ਸਟੇਟ ਆ ਇਹ ਨਿਊਯਾਰਕ ਸਟੇਟ ਆ। ਜਦੋਂ ਆਪਾਂ ਨਾਇਗਰਾ ਤੋਂ ਕੈਨੇਡਾ ਤੋਂ ਐਂਟਰ ਕਰਦੇ ਹਾਂ ਨਾ ਇੱਧਰਲੇ ਪਾਸੇ ਨਾਇਗਰਾ ਤੋਂ, ਇਹ ਨਾਲ ਹੀ ਨਿਊਯਾਰਕ ਸਟੇਟ ਆਪਣਾ ਸਟਾਰਟ ਹੋ ਜਾਂਦੀ ਆ। ਨਿਊਯਾਰਕ ਸ਼ਹਿਰ ਵੱਖਰਾ, ਇਹ ਸਟੇਟ ਆ। ਸੋ ਇਹ ਸਟੇਟ 'ਚ ਐਂਟਰ ਕਰਦੇ ਹੀ ਸਾਰ ਹੀ ਆਪਣਾ ਇਹ ਬਫਲੋ ਸ਼ਹਿਰ ਆ ਜਾਂਦਾ। ਬਹੁਤ ਸੋਹਣਾ ਬਣਿਆ ਹੋਇਆ ਇਹ ਵੀ। ਹੁਣ ਬਹੁਤ ਲੋਕ ਜਿਹੜੇ ਨਾਇਗਰਾ ਦੇ ਨੇੜੇ ਤੇੜੇ ਕਈ ਰਹਿੰਦੇ ਆ, ਜਿਵੇਂ ਕੈਨੇਡੀਅਨ ਸਿਟੀਜ਼ਨ ਜਾਂ ਜਿਨ੍ਹਾਂ ਕੋਲ US ਵੀਜ਼ਾ ਵਾ, ਉਹ ਸ਼ੋਪਿੰਗ ਕਰਨ ਆਉਂਦੇ ਆ ਇੱਧਰ ਆਪਣਾ ਬਫਲੋ ਦੇ ਵਿੱਚ, ਕਿਉਂਕਿ ਇਹ ਨੇੜੇ ਪੈ ਜਾਂਦਾ। ਸੋ ਆਹ ਬਫਲੋ ਸ਼ਹਿਰ ਆ, ਇਹ ਵਧੀਆ ਐਨ ਬਣੀਆਂ ਹੋਈਆਂ ਬਿਲਡਿੰਗਾਂ, ਸੋਹਣਾ ਲੱਗਦਾ ਰਾਤ ਨੂੰ, ਵਧੀਆ ਲੱਗਦਾ ਕ੍ਰੋਸ ਕਰੀਦਾ ਜਦੋਂ। ਬਸ ਆ ਆਪਣਾ ਬਾਰਡਰ ਵੀ ਬਿਲਕੁਲ 2 ਮੀਲਾਂ 'ਤੇ ਆ ਇੱਥੋਂ, ਨਾਲ ਹੀ ਆ ਬਸ ਬਿਲਕੁਲ। ਆ ਤੁਹਾਨੂੰ ਹੁਣ ਸ਼ਾਇਦ ਥੋੜ੍ਹਾ ਜਿਹਾ ਵਧੀਆ ਦਿਖੂਗਾ ਇਹ, ਉਹ ਦਿਖ ਰਿਹਾ ਐਨ ਪੂਰਾ ਵਧੀਆ। ਹੁਣ ਰਾਤ ਨੂੰ ਜਦੋਂ ਲਾਈਟਾਂ ਚੱਲਦੀਆਂ ਫੇਰ ਥੋੜ੍ਹਾ ਜਿਹਾ ਜ਼ਿਆਦਾ ਵਧੀਆ ਲੱਗਦਾ। ਆ ਆਪਣਾ ਬਫਲੋ ਦੇ ਸ਼ਹਿਰ ਦੇ ਉੱਤੋਂ ਦੀ ਲੰਘ ਰਹੇ ਹਾਂ, ਪੁਲ ਜਿਹਾ ਬਣੇ ਹੋਏ ਆ, ਬਸ ਇੱਥੋਂ ਐਂ ਲੰਘ ਜਾਣਾ, ਨਾਲ ਹੀ ਬਾਰਡਰ ਆ। ਓਕੇ ਓਕੇ, ਲਾਈਟ ਟ੍ਰੈਫਿਕ, ਕੋਈ ਨਾ ਫਿਰ ਕੀ ਆ, ਜਾਣਾ ਤਾਂ ਜਾਣਾ ਹੀ ਆ, ਬਾਰਡਰ 'ਤੇ ਟ੍ਰੈਫਿਕ ਹੋਣਾ ਥੋੜ੍ਹਾ ਬਹੁਤਾ। ਆਹ ਦੇਖੋ ਸ਼ਹਿਰ, ਕਮਾਲ ਹੀ ਕਰ ਦਿੰਦੇ ਆ ਸ਼ਹਿਰ ਸ਼ਹਿਰ ਬਣਾਉਣ ਲੱਗੇ ਤਾਂ, ਇਹ ਸਿਟੀਆਂ ਜਿੰਨੀਆਂ ਵੀ ਬਣਾਈਆਂ ਕਮਾਲ ਦੀਆਂ ਹੀ ਆ, ਅਮੈਰੀਕਾ ਦੀਆਂ। ਵੈਲ ਕਨੈਕਟਡ ਇੱਕ ਦੂਜੇ ਦੇ ਨਾਲ, ਜਿਹੜਾ ਇਹਨਾਂ ਦਾ ਰੋਡ ਨੈਟਵਰਕ ਆ ਨਾ, ਬਾ ਕਮਾਲ। ਜਿੱਦਣ ਨੂੰ ਮਰਜ਼ੀ ਤੁਰੀ ਜਾ, ਜਿਵੇਂ ਹੁਣ 75 ਆ, 75 ਜਿਹੜਾ ਜਾਂਦਾ ਇੱਥੋਂ ਸ਼ੁਰੂ ਹੋ ਜਾਂਦਾ ਆਪਣਾ ਵਿੰਡਜ਼ਰ ਬਾਰਡਰ ਤੋਂ, ਉਹ ਕਿੱਥੇ ਫਲੋਰੀਡਾ ਜਾ ਕੇ ਉੱਧਰ ਨੂੰ ਫਲੋਰੀਡਾ ਤੱਕ ਪਹੁੰਚ ਜਾਂਦਾ ਉਹ। ਦੇਖ ਲਓ ਰੋਡ ਨੈਟਵਰਕ ਕਮਾਲ ਹੈ, ਇੱਦਾਂ ਹੀ ਸਾਰੇ ਜਿੰਨੇ ਇਹਨਾਂ ਦੇ ਇੰਟਰਸਟੇਟ ਹਾਈਵੇ ਆ ਸਾਰੇ ਵੈਲ ਕਨੈਕਟਡ ਇੱਕ ਦੂਜੇ ਦੇ। ਹਾਂ ਲਿਖਿਆ ਨਾ ਪੀਸ ਬ੍ਰਿਜ ਫੋਰਟ ਹੈਰੀ ਕੈਨੇਡਾ, ਬਸ ਆਪਾਂ ਹੁਣ ਇੱਥੇ ਐਂਟਰ ਕਰਨ ਲੱਗੇ ਹਾਂ। ਕੈਨੇਡਾ ਐਗਜ਼ਿਟ ਕੀਪ ਰਾਈਟ, ਆਪਾਂ ਰਾਈਟ ਰੱਖਣਾ ਵਾ। ਲਓ ਜੀ ਹਾਂ ਆਪਾਂ ਐਂਟਰ ਕਰਨ ਲੱਗੇ ਹਾਂ ਹੁਣ, ਲਿਖਿਆ ਨਾ ਥੱਲੇ ਓਨਲੀ ਕੈਨੇਡਾ। ਇੱਧਰ ਲੈਫਟ ਲੇਨ 'ਚ ਆਪਾਂ ਸਿੱਧਾ USA ਨੂੰ ਵੀ ਨਿਕਲ ਜਾਣਾ, ਨਾਇਗਰਾ ਬਫਲੋ ਵੱਲ ਨੂੰ। ਹਾਂ ਹੁਣ ਆਪਾਂ ਸਿਰਫ ਕੈਨੇਡਾ ਵੱਲ ਨੂੰ ਹੀ ਜਾ ਸਕਦੇ ਹਾਂ ਜਦੋਂ ਹੁਣ ਆਪਾਂ ਇੱਧਰ ਐਂਟਰ ਕਰ ਗਏ ਨਾ। ਹਾਂ ਲਓ ਕੈਨੇਡਾ ਓਨਲੀ, ਲਓ ਜੀ ਆਪਾਂ ਹੁਣ ਐਂਟਰ ਕਰ ਗਏ ਬ੍ਰਿਜ ਟੂ ਕੈਨੇਡਾ। ਇੱਥੇ ਹੁਣ ਵੜਦੀ ਸਾਰ ਪਹਿਲਾਂ ਉਹ ਡਿਊਟੀ ਫਰੀ ਆ ਜਾਣੀ ਆ। ਆਹ ਡਿਊਟੀ ਫਰੀ ਆ ਗਈ ਆ, ਆਪਾਂ ਇੱਥੇ ਖੜਨਾ ਨਹੀਂ ਅੱਜ, ਕੁਛ ਨਹੀਂ ਲੈਣਾ ਇੱਥੋਂ, ਕਿਉਂਕਿ ਡਾਲਰ ਦਾ ਰੇਟ ਬਹੁਤ ਉੱਤੇ ਹੋਇਆ ਹੋਇਆ, ਜਿਹੜਾ USA ਵਾਲਾ ਬਹੁਤ ਉੱਤੇ। ਆਹ ਦੇਖੋ ਲੈਫਟ ਹੈਂਡ ਸਾਈਡ 'ਤੇ ਆ ਸਾਰਾ ਟ੍ਰੈਫਿਕ ਅਮੈਰੀਕਾ ਵੱਲ ਨੂੰ ਜਾ ਰਿਹਾ, ਸਾਰਾ ਟ੍ਰੈਫਿਕ ਬੜਾ ਰਸ਼ ਆ ਵੀ ਅੱਜ ਤਾਂ ਅਮੈਰੀਕਾ ਵੱਲ ਨੂੰ। ਬੱਲੇ 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 ਬੱਲੇ, ਟਰੱਕਾਂ ਦਾ ਘੱਟ ਆ ਕਾਰਾਂ ਦਾ ਬਹੁਤ ਆ, ਅੱਜ ਦਿਨ ਕੀ ਅੱਜ ਵੀਰਵਾਰ ਆ, ਅੱਜ ਵੀਕਐਂਡ 'ਤੇ ਹੁੰਦਾ ਵੈਸੇ ਅਮੈਰੀਕਾ ਵੱਲ ਨੂੰ ਜ਼ਿਆਦਾ ਰਸ਼। ਲਓ ਜੀ ਆਹ ਆਪਾਂ ਹੁਣ ਬ੍ਰਿਜ ਦੇ ਉੱਤੇ ਆ ਗਏ, ਦੇਖੋ ਨਜ਼ਾਰਾ ਬ੍ਰਿਜ ਦਾ। ਹੁਣ ਕਿਉਂਕਿ ਇੱਧਰ ਨੂੰ ਬਿਜ਼ੀ ਆ ਨਾ ਅਮੈਰੀਕਾ ਵੱਲ ਨੂੰ, ਹੁਣ ਉੱਧਰੋਂ 2 ਲੇਨਾਂ ਇੱਧਰ ਨੂੰ ਜ਼ਿਆਦਾ ਖੋਲੀਆਂ ਹੋਈਆਂ। ਆਹ ਲਓ ਜੀ ਆਪਾਂ ਉਹ ਅਮੈਰੀਕਾ ਅਤੇ ਕੈਨੇਡਾ ਦਾ ਝੰਡਾ, ਕੈਨੇਡਾ ਦੀ ਪੱਤੀ ਬਣੀ ਹੋਈ ਆ ਦੇਖੋ ਫੁੱਲ। ਆਹ ਲਓ ਜੀ ਕੈਨੇਡਾ ਦਾ ਅਤੇ ਅਮੈਰੀਕਾ ਦਾ ਝੰਡਾ, ਉਹ ਸਾਹਮਣੇ ਬਸ ਆ ਗਿਆ ਆਪਣਾ ਬਾਰਡਰ, ਜਿਹੜਾ ਕਾਰਾਂ ਵਾਸਤੇ ਉਹ ਸਿੱਧਾ ਵਾ, ਕਾਰਾਂ ਤਾਂ ਘੱਟ ਹੀ ਨੇ।
सुन लिया जदों ही आप हम कनेडा च एंटर होया ना ईएलडी कहती भाई तू कैनेडा च एंटर हो गया तेरा जरा जोन आ चेंज हो गया आवर्स का वो सामने कारा देखो कनेडा वालू तो बिजी ही नहीं है कारा वाल कारा का देखो ट्रकों का भी कोई खास नहीं है आप हम इधर मुड़ जाना कारा सीधिया जा आप इधर मुड़ जाना ट्रकों वालू चलो क्रॉस कर लिए बॉर्डर आप बॉर्डर क्रॉस कर लिया हम बॉर्डर क्रॉस कर दी सार आ टोल पे करना होंगे इतने ईजी पास अपने को पास कैश भी दे सकते हो तो पास अपने को इदा इन्हें स्कैन हो जाना अपने पास ने चलो जी कहते थैंक यू ऑल आओ जी वेलकम टू ओंटारियो इत्थे आ नाल ही नाइग्रा फॉल आ बस इतों क्रॉस करके आ बॉर्डर एक तो तीन बॉर्डर है इतने एक तो क्वींसटन विंसटन आ एक आ पीस ब्रिज एक होर आ नहीं नहीं आह फोर्ट एरिया एक होर आ पीस ब्रिज उन्हों नहीं पीस ब्रिज नहीं कहते पता नहीं कि ब्रिज उत्थे सिर्फ कारा जा सकदिया ने उत्थे ट्रक नहीं जा सकते दो ब्रिज आ जिहड़े उत्थे ट्रक जा सकते आ जिहड़ा वो दूजा ब्रिज आ वो मैं ना भुल गया यार चलो एनीवे उत्थे सिर्फ कारा जांदियां ने वह सिर जिथे आप नाइगरा तो झरना जहाँ बा डिगदा वह नाइगरा वाला उतों सामने दीदा वह ब्रिज उत्थे आप कारा देख सकते हैं जाते वह ब्रिज सामने दीदा क्रॉस करते इतने क्रॉस कई जो मैं हूँ भी बॉर्डर क्रॉस किया ना कई ऑफिसर पूछते हैं मेरा पासपोर्ट देख के आस्ट्रेलियन एक कहता तू इत करता की है पहले मैं ये दस दे कहता इन्ना सोहना जरा मुल्क है कहना इन्ना सोहना उत्थे का वैदर आ तू इत की करता फिर मैं की दसीए भरावा फैमिली करके भी चल इतने सारे कट्ठे जे ता करके कहता उत्थे का वैदर सारा कुछ इन्ना वधिया मैं क्या ये तो है मैं क्या मैं मैनू भी पता पर चलो एक चल फैमिली करके मैं चल अपने आप में एक टाइम दे रहे हैं भी देखते हैं जे सैटिंग आ गई है कैनेडा क्या ठीक है मैं बहुत पुछते करता की है कहते तू इत आस्ट्रेलियन पासपोर्ट लैके आप पहुँच गए यार्ड दे विच किन्ने वज गए तीन वज गए वीरवार का दिन तो लोड वगैरह पूछा सी भी हैगा होर कहते है नहीं फिलहाल पता नहीं कम बहुत ज़्यादा स्लो आ पता नहीं की चक्कर है इन्ना स्लो होना नहीं चाहिए आ दिनों आई डोंट नो नहीं तो यह बैठन नहीं देंदे होंगे नाल दी नाल आ जाओ तो निकलो ये छत्ती मसा पेंदे आ पर चलो सारा ओवरऑल ही स्लो होया हो पता नहीं की चक्कर है चलो हुण हिसाब किताब जिहा करदे आ जिन्ना भी आपां ट्रिप दे विच कित्थे कित्थे गए आ किन्ने दा तेल भराया कोई एक्सट्रा खर्चा जिहड़ा होया वा जे कोई होया तां उह सारा आपां जिवें आ शीट हुंदी आ इहदे विच जिहड़े एनवलप आ जिहड़ा इह इहदे विच सारा लिख के ते जिहड़े आ जिहड़े डिलीवरी दे पेपर हुंदे जदों आपां डिलीवरी करदे आ उह साइन करके दिंदे आ ना वी डिलीवरी हो गई आ भाई डिलीवरी असीं लै ली आ ते फिर उह पेपर वगैरह इहदे विच पा के ਆਪਾਂ ਸਾਰਾ ਲਿਖ ਕੇ ਅਤੇ ਇਹ ਆਫਿਸ ਦੇ ਵਿੱਚ ਛੱਡ ਦੇਣਾ ਹੁੰਦਾ ਵਾ ਵੈਸੇ ਤਾਂ ਇੰਨਾ ਰਿਕਾਰਡ ਸਾਰਾ ਹੁੰਦਾ ਹੀ ਆ ਪਰ ਫਿਰ ਵੀ ਆਪਣਾ ਲਿਖਣਾ ਫਰਜ਼ ਬਣਦਾ ਲਿਖ ਕੇ ਸਾਰਾ ਇਹਨਾਂ ਨੂੰ ਦੱਸਣਾ ਹੁੰਦਾ ਵਾ ਅਤੇ ਆਸਾਨੀ ਹੋ ਜਾਂਦੀ ਹੈ ਇਹਨਾਂ ਨੂੰ ਵੀ ਅਤੇ ਆਪਾਂ ਨੂੰ ਵੀ ਆਪਣੇ ਕੋਲ ਵੀ ਟਰੈਕ ਰਹਿ ਜਾਂਦਾ ਵੀ ਆਪਾਂ ਕਿੱਥੇ ਕਿੱਥੇ ਗਏ ਹਾਂ ਇਹਦੀ ਫੋਟੋ ਵਗੈਰਾ ਖਿੱਚ ਕੇ ਆਪਾਂ ਰੱਖ ਲਈ ਦੀ ਆ ਅਤੇ
ਇਹਨਾਂ ਕੋਲ ਵੀ ਆਸਾਨੀ ਹੋ ਜਾਂਦੀ ਆ ਵੀ ਚਲੋ ਦੇਖ ਲੈਂਦੇ ਆ ਵੀ ਕਿੱਥੇ ਕਿੱਥੇ ਬੰਦਾ ਗਿਆ ਵਾ, ਜਿਵੇਂ ਆ ਫਿਊਲ ਭਰਾਇਆ, ਫਿਊਲ ਦੀਆਂ ਜਿਹੜੀਆਂ ਹੁੰਦੀਆਂ ਨੇ ਸਲਿਪਸ, ਇਹ ਆਪਾਂ ਰੱਖ ਦੇਣੀਆਂ ਵਿੱਚ ਇਹਦੇ। ਚਲੋ ਹੁਣ ਲਿਖ ਲਈਏ, ਇੱਥੇ ਤੱਕ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਾਰਿਆਂ ਦਾ, ਇੱਦਾਂ ਹੀ ਪਿਆਰ ਦਿੰਦੇ ਰਹੋ। ਜਿਹੜੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ, ਇੱਕ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਰੱਬ ਰਾਖਾ।